ਗੁਰਸੇਵਕ ਸਿੰਘ ਹੈ ਜੀ। ਗੁਰਸੇਵਕ ਜੀ ਰੋਡ ਚੌਂਕ ਨੂੰ ਜਾਮ ਕੀਤਾ ਹੋਇਆ ਨਾਰੇਬਾਜ਼ੀ, ਇਹਦੇ ਖਿਲਾਫ ਨਾਰੇਬਾਜ਼ੀ ਤੇ ਕਿਉਂ ਚੌਂਕ ਜਾਮ? ਨਾਰੇਬਾਜ਼ੀ ਜੀ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਹੈ ਜੀ। ਅਸੀਂ 22 ਤਰੀਕ ਨੂੰ ਭਗਵੰਤ ਮਾਨ ਦੇ ਕੋਲ ਆਏ ਸੀਗੇ ਜੀ। ਉਹਨਾਂ ਨੇ ਸਾਨੂੰ 28 ਤਰੀਕ ਨੂੰ ਮਿਲਣ ਦਾ ਸਮਾਂ ਦਿੱਤਾ ਜੀ ਚੰਡੀਗੜ੍ਹ ਦਾ ਜੀ। ਸਾਡਾ ਮੰਗ ਪੱਤਰ ਇਹੀ ਹੈ ਜੀ, 2016 ਦੀ ਜੋ ਭਰਤੀ ਆਈ ਸੀ ਪੰਜਾਬ ਪੁਲਿਸ ਦੀ ਜੀ, ਉਹਦੇ ਵਿੱਚ ਵੇਟਿੰਗ ਲਿਸਟ 'ਤੇ ਵੈਰੀਫਿਕੇਸ਼ਨ ਕਲੀਅਰ ਕੀਤੀ ਜਾਵੇ ਜੀ ਸਾਡੀ। ਅਸੀਂ ਮਾਨ ਸਾਹਿਬ ਨੂੰ ਬਹੁਤ ਭਰੋਸੇ ਦਿੱਤੇ ਜੀ, ਮੰਗ ਪੱਤਰ ਦਿੱਤੇ ਸੀਗੇ ਜੀ। ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਸਰਕਾਰ ਬਣਦੇ ਸਾਰ ਮੈਂ ਤੁਹਾਡਾ ਪਹਿਲੀ ਮੀਟਿੰਗ ਦੇ ਵਿੱਚ ਹੱਲ ਕਰੂੰਗਾ। ਸਾਨੂੰ 22 ਤਰੀਕ ਨੂੰ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਮੀਟਿੰਗ ਦਿੱਤੀ ਜੀ ਚੰਡੀਗੜ੍ਹ ਦੀ। ਅੱਜ ਸਾਨੂੰ ਬੇਸਿੱਟਾ ਮੀਟਿੰਗ ਰਹੀ ਜੀ, ਲਾਰਿਆਂ ਦੇ ਨਾਲ ਮੋੜਿਆ ਜੀ। ਉਹ ਐਸ ਡੀ ਨਾਲ ਮੀਟਿੰਗ ਕਰਾ ਕੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜੀ। ਅਸੀਂ ਥੱਕ ਹੰਬਾਰ ਕੇ ਇੱਥੇ ਜੀ ਧਰਨੇ ਦਾ ਪ੍ਰਦਰਸ਼ਨ ਕੀਤਾ ਜੀ। ਅਸੀਂ ਬਹੁਤ ਦੂਰੋਂ ਚੱਲ ਕੇ ਸਾਰੇ ਬੇਰੁਜ਼ਗਾਰ ਕੋਵਰੇਜ ਹੋ ਚੁੱਕੇ ਹਾਂ ਜੀ। ਨੌਜਵਾਨ ਸਾਡਾ ਹੱਕ ਹੈ ਜਿਹੜਾ ਬਣਦਾ ਸਾਨੂੰ ਦਿੱਤਾ ਜਾਵੇ। ਧਰਨਾ ਕਦੋਂ ਤੱਕ ਜਾਰੀ ਰਹੂਗਾ? ਧਰਨਾ ਜੀ ਜਿੰਨਾ ਚਿਰ ਕੋਈ ਸਾਨੂੰ ਜਵਾਬ ਨਹੀਂ ਮਿਲਦਾ ਜੀ। ਉਹਨਾਂ ਨੇ ਤਾਂ ਕਿਹਾ ਸੀਗਾ ਜੀ, ਪਰ ਉਹਨਾਂ ਦੇ ਹੁਣ ਕਹੇ ਤਾਂ ਉਹਨਾਂ ਨੂੰ ਤੁਸੀਂ ਕਹੋ ਜੀ, ਦੱਸੋ ਉਹਨਾਂ ਨੂੰ। ਉਹਨਾਂ ਨੇ ਸਾਡਾ ਖੁਦ ਉਹਨਾਂ ਨੇ ਰੋਡ ਸ਼ੋਅ ਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਦਿੱਤੇ ਸੀ, ਸਾਨੂੰ ਪੂਰਾ ਭਰੋਸਾ ਦਿਵਾਇਆ ਸੀ ਉਹਨਾਂ ਨੇ। ਅਸੀਂ ਉਹਨਾਂ ਨੂੰ ਹਰੇਕ ਇਕੱਲੀ ਇਕੱਲੀ ਗੱਲ ਦੱਸੀ ਵੀ ਹੈ ਜੀ, ਉਹਨਾਂ ਨੂੰ ਕੋਈ ਪੁੱਛਣ ਦੀ ਲੋੜ ਵੀ ਨਹੀਂ ਵੀ ਸਾਡਾ ਆਹ ਮਸਲਾ ਜੀ ਆਹ ਸਾਡੇ ਹੈ। ਅਸੀਂ ਇਹੀ ਕਹਿੰਦੇ ਹਾਂ ਜੀ, ਸਾਨੂੰ ਮਿਲਣ ਦਾ ਟਾਈਮ ਹੀ ਦਿੱਤਾ। ਸਾਨੂੰ ਲਿਖਤੀ ਰੂਪ ਦੇ ਵਿੱਚ ਵੀ ਕਿਹਾ ਸੀ ਵੀ ਮਾਨ ਸਾਹਿਬ ਨਾਲ ਮੀਟਿੰਗ ਕਰਵਾਵਾਂਗੇ 28 ਤਰੀਕ ਨੂੰ ਚੰਡੀਗੜ੍ਹ ਆ ਜਾਓ ਜੀ। ਅਸੀਂ ਖੱਜਲ ਖਵਾਰ ਹੋ ਕੇ ਉੱਥੋਂ ਮੁੜਿਆ ਜੀ ਬਰੰਗ ਜੀ। ਗੁਰਵਿੰਦਰ ਸਿੰਘ ਹੈ ਜੀ। ਮਾਨ ਸਾਹਿਬ ਨੇ ਜੀ, ਅਸੀਂ 22 ਤਰੀਕ ਨੂੰ ਸੰਗਰੂਰ ਆਏ ਸੀਗੇ। ਮਾਨ ਸਾਹਿਬ ਨੇ ਉਸ ਦਿਨ ਸਾਨੂੰ ਕਿਹਾ ਸੀ 28 ਤਰੀਕ ਨੂੰ ਤੁਸੀਂ ਚੰਡੀਗੜ੍ਹ ਆ ਜਾਓ ਵੀ ਚੰਡੀਗੜ੍ਹ ਆਪਾਂ ਮੀਟਿੰਗ ਕਰਾਂਗੇ ਅਤੇ ਤੁਹਾਡਾ ਅਸੀਂ ਮਸਲਾ ਹੱਲ ਕਰ ਦਾਂਗੇ। ਅੱਜ ਉਹਨਾਂ ਨੇ 22 ਤਰੀਕ ਨੂੰ ਮਾਨ ਸਾਹਿਬ ਨੇ ਸਾਨੂੰ ਲਿਖਤੀ ਰੂਪ 'ਚ ਵੀ ਦਿੱਤਾ ਸੀਗਾ, ਪਰ ਅੱਜ ਤਰੀਕ 28 ਨੂੰ ਜਿਹੜੀ ਸਾਨੂੰ ਮੀਟਿੰਗ ਮਿਲੀ ਸੀ, ਅਸੀਂ ਗਏ ਹਾਂ ਸਵੇਰ ਦੇ ਕੋਈ 4 ਵਜੇ ਦਾ ਘਰੋਂ ਤੁਰਿਆ, ਕੋਈ ਕੱਲ੍ਹ ਦਾ ਆਇਆ ਹੋਇਆ, ਕੋਈ ਸਵੇਰ 3 ਵਜੇ ਤੁਰਿਆ, ਕੋਈ 300 ਕਿਲੋਮੀਟਰ ਤੋਂ ਆਇਆ, ਕੋਈ 500 ਕਿਲੋਮੀਟਰ ਤੋਂ ਚੰਡੀਗੜ੍ਹ ਗਿਆ ਸੀਗਾ, ਪਰ ਅਸੀਂ ਸਵੇਰ ਦੇ ਭੁੱਖੇ ਤੇ ਆਏ ਉੱਥੇ ਬੈਠੇ ਸੀਗੇ ਜੀ। ਮਾਨ ਸਾਹਿਬ ਨੇ ਜੀ ਸਾਨੂੰ ਕੋਈ ਮੀਟਿੰਗ ਨਹੀਂ ਕੀਤੀ ਜੋ ਕਿ ਸਾਨੂੰ ਲਿਖਤੀ ਰੂਪ ਦਿੱਤੀ ਸੀਗੀ। ਸਾਨੂੰ ਉਹ ਮੀਟਿੰਗ ਜਿਹੜੀ ਸਾਡੇ ਨਾਲ ਨਹੀਂ ਕੀਤੀ, ਓ ਐਸ ਡੀ ਨਾਲ ਮੀਟਿੰਗ ਕਰਾਤੀ ਹੈ। ਅਸੀਂ ਓ ਐਸ ਡੀ ਸਾਹਿਬ ਨੂੰ ਇਹ ਗੱਲ ਕਹੀ ਸੀਗੀ ਸਾਨੂੰ ਟਾਈਮ ਦੇ ਦਿਓ ਵੀ ਸਾਡਾ ਮਸਲਾ ਕਿੰਨੇ ਚਿਰ 'ਚ ਹੱਲ ਕਰ ਦਿਓਗੇ, ਪਰ ਉਹਨਾਂ ਨੇ ਸਾਨੂੰ ਉਹ ਚੁੱਪ ਕਰਕੇ ਇਸ ਵਿਸ਼ੇ 'ਤੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਫਿਰ ਅਸੀਂ ਕਿਹਾ ਸਾਡੀ ਮਾਨ ਸਾਹਿਬ ਨਾਲ ਮੀਟਿੰਗ ਕਰਵਾ ਦਿਓ, ਪਰ ਉਹਦੇ ਅਸੀਂ ਮਾਨ ਸਾਹਿਬ ਨਾਲ ਮੀਟਿੰਗ ਨਹੀਂ ਕਰਵਾ ਸਕਦੇ ਅਤੇ ਇਸ ਕਰਕੇ ਅਸੀਂ ਦੁਖੀ ਹੋ ਗਏ ਜੀ। ਇੱਥੇ ਹੁਣ ਜਿਹੜਾ ਚੌਂਕ ਘੇਰਿਆ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆ, ਕੋਈ ਵੀ ਮਿਲ ਸਕਦਾ? ਨਹੀਂ ਜੀ, ਕੋਈ ਵਾਅਦਿਆਂ ਦੇ ਵਿੱਚ ਹੀ ਹੈ ਜੀ ਸਾਰਾ ਕੁਛ। ਅਸਲੀਅਤ ਦੇ ਵਿੱਚ ਅੱਜ ਤੁਹਾਨੂੰ ਦੱਸ ਹੀ ਰਿਹਾ ਇੱਥੇ ਧਰਨਾ ਕਿਉਂ ਲੱਗਿਆ, ਅਤੇ ਸਿਰਫ ਸਾਡੇ 3 ਬੰਦੇ ਅੰਦਰ ਜਾਣ ਦਿੱਤੇ ਗਏ ਆ, ਉਹ ਵੀ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਦਿੱਤੇ ਗਏ। ਉੱਥੇ ਤਕਰੀਬਨ ਸਾਡਾ 300 ਬੰਦੇ ਦਾ ਕੱਟ ਸੀਗਾ, ਸਿਰਫ 3 ਬੰਦੇ 300 ਚੋਂ ਲਈ ਜਾਣ ਦਿੱਤੇ ਜੀ ਅੰਦਰ, ਅਤੇ ਸਿਰਫ ਵਾਅਦਿਆਂ ਦੇ ਮੁੱਖ ਮੰਤਰੀ ਆ ਜੀ ਫਿਲਹਾਲ। ਅਤੇ ਬਾਕੀ ਤੁਹਾਨੂੰ ਦੱਸ ਹੀ ਰਿਹਾ ਵੀ ਕਿਉਂ ਇਹ ਧਰਨਾ ਲੱਗਿਆ, ਕੋਈ ਬਿਨਾਂ ਰੀਜ਼ਨ ਤੋਂ ਧਰਨਾ ਹੀ ਇਹ ਜੀ, ਜਿੰਨਾ ਚਿਰ ਸਾਨੂੰ ਮਾਨ ਸਾਹਿਬ ਨਾਲ ਮੀਟਿੰਗ ਨਹੀਂ ਮਿਲ ਜਾਂਦੀ।